अच्छा सरपंच साहब, जिवें आपां गुलजार बाई ने गल्लां बातां दसियां सीगियां बिल्कुल जी। नवें यूथ नूं भी लस्सी पा दो, उहदे नाल अंदरों उह ठीक हो जांदा, खट्टी लस्सी। कोई इहो जिहा जिहड़ा नवें मुंडे रखदे आ, हजे नहीं उह गुरू बनाउण तक पहुंचे, वैसे ही उह रखदे आ, कोई इहो जिहियां गल्लां भी किहो जिहे दाणे पाउणे चाहीदे, किहड़ी रुत्त 'च ਤੇ ਕਿਹੜੀ ਰੁੱਤ 'ਚ ਉਹਨਾਂ ਨੂੰ ਸਹੀ, ਜੇ ਆਪਾਂ ਫਿੱਟ ਰੱਖਾਂਗੇ ਤਾਂ ਉਹਨਾਂ ਨੂੰ, ਕੋਈ ਇਹੋ ਜਿਹੀਆਂ ਗੱਲਾਂ ਬਾਤਾਂ? ਦੇਖੋ ਜੀ, ਮੈਂ ਜਿਹੜੀ ਨਵਾਂ ਯੂਥ ਆ, ਜਦੋਂ ਸਿਆਲ ਆ ਜਾਂਦਾ, ਹਾਂਜੀ, ਥੋੜੀ ਜਿਹੀ ਠੰਡੀ ਹਵਾ ਚੱਲਦੀ ਆ, ਕਬੂਤਰ ਲੋਕਾਂ ਦੇ ਬਿਮਾਰ ਹੋ ਜਾਂਦੇ। ਹਾਂਜੀ, ਮੈਂ ਕਈ ਵਾਰੀ, ਮੈਨੂੰ, ਮੈਂ ਆ ਗਰੁੱਪਾਂ 'ਚ ਤਾਂ ਬੋਲਦਾ ਨਹੀਂ, ਮੈਂ ਵੈਸੇ ਹੀ ਵਾਈਫੇ ਫੋਨ ਕਰ ਲਈਦਾ ਵੀ ਕਾਕਾ ਇਹਨੂੰ ਆਹ ਦਵਾਈ ਦੇ, ਇਹ ਠੀਕ ਹੋ ਜਾਣਗੇ। ਅੱਛਾ ਜੀ, ਠੀਕ ਆ। ਮੈਂ ਲੋਕਾਂ ਨੂੰ ਕਹਿਣਾ ਵੀ ਗਲਤ ਖਾਣਾ ਨਾ ਪਾਓ। ਅੱਛਾ, ਠੀਕ ਆ। ਅਸੀਂ ਦੇਖੋ, ਮੈਂ ਸਾਰੀ ਦਿਹਾੜੀ ਘਿਓ ਖਾਈ ਜਾਊਂ, ਮੈਂ ਬਿਮਾਰ ਹੀ ਹੋਣਾ। ਅੱਛਾ, ਠੀਕ ਆ ਜੀ। ਗਲਤ ਖਾਣਾ ਨਾ ਪਾਓ। ਅਸੀਂ ਆਪਦੇ ਕਬੂਤਰਾਂ ਨੂੰ ਆਪ ਹੀ ਬਿਮਾਰ ਕਰਦੇ ਹਾਂ। ਇਹਨਾਂ ਨੇ ਕਿਹੜਾ ਬੋਲਣਾ ਵੀ ਮੈਨੂੰ ਆ ਨਹੀਂ ਕੀ, ਆਪਾਂ ਸਿਆਲ ਆ ਗਿਆ, ਸਿਆਲ ਆ ਗਿਆ, ਨਵੰਬਰ ਦਸੰਬਰ ਦਾ ਮਹੀਨਾ ਆ ਗਿਆ, ਨਵੰਬਰ ਦਾ ਆ ਗਿਆ, ਕੀ ਪਾਉਣ ਫਿਰ ਲੋਕ? ਸੁਣੋ ਮੇਰੀ ਗੱਲ ਜੀ, ਜਦੋਂ ਸਿਆਲ ਆ ਜਾਂਦਾ, ਹਾਂਜੀ, ਧੁੱਪ ਖਤਮ ਹੋ ਜਾਂਦੀ ਹੈ ਜੀ, ਖਤਮ ਹੋ ਗਈ, ਹਵਾ ਬੰਦ ਕਰ ਦਿੰਦੇ ਹਾਂ ਆਪਾਂ, ਪਰਦੇ ਲਾ ਦਿੰਦੇ ਹਾਂ। ਅੱਛਾ, ਠੀਕ ਆ। ਉਹਨਾਂ ਨੂੰ ਜਿਹੜੀ ਤਾਜ਼ੀ ਆਕਸੀਜਨ ਆ ਉਹ ਤਾਂ ਮਿਲਣੋ ਹੀ ਅੜ ਜਾਂਦੀ ਹੈ। ਅੱਛਾ, ਇਹ ਵੀ ਫਰਕ ਆ, ਠੀਕ ਆ ਜੀ। ਜਿਹੜੀ ਗੰਦੀ ਬਦਬੂ ਆ ਮਿੱਠਾਂ ਦੀ, ਉਹ ਉਹਨਾਂ ਨੂੰ ਚੜੀ ਜਾਂਦੀ ਆ ਤੇ ਕਬੂਤਰ ਬਿਮਾਰ ਹੋ ਜਾਂਦੇ। ਸੋ ਜੀ, ਇਹ ਵੀ ਇੱਕ ਵੱਡਾ ਕਾਰਨ ਆ, ਠੀਕ ਆ ਜੀ, ਇਹ ਵੀ ਇੱਕ ਕਾਰਨ ਮੰਨਦੇ ਹੋ? ਇਹ 100% ਬਿਮਾਰੀ ਦਾ ਕਾਰਨ ਆ, ਬਿਮਾਰੀ ਦਾ ਕਾਰਨ, ਠੀਕ ਆ। ਤੁਸੀਂ ਸੁਣੋ ਮੇਰੀ ਗੱਲ, ਮੈਂ ਸਮਝ ਗਿਆ ਜੀ। ਆਪਾਂ ਰੋਡ ਤੇ ਜਾਂਦੇ ਆ, ਆਪਾਂ ਗੰਦ ਵਾਲੀ ਜਗ੍ਹਾ ਤੇ ਮੂੰਹ ਨੱਕ ਮੀਚ ਕੇ ਜਾਂਦੇ ਆ ਵੀ ਆਪਾਂ ਨੂੰ ਮੁਸਕ ਨਾ ਚੜ ਜੇ, ਇਹ ਵਿਚਾਰੇ ਨੂੰ ਸਾਰੀ ਦਿਹਾੜੀ ਮੁਸਕ ਵਾੜੀ ਰੱਖਦੇ ਆਪਾਂ, ਇਹ ਕਾਰਨ ਹੋ ਗਿਆ ਬਿਮਾਰੀ ਦਾ। ਬਿਲਕੁਲ। ਅੱਛਾ, ਉਦੋਂ ਖੁਰਾਕ, ਖੁਰਾਕ ਦੇਖੋ ਜੀ, ਇੱਕ ਇਨਸਾਨ ਮੇਰੇ ਕਹਿਣ ਮੁਤਾਬਕ, ਜਿੱਥੇ ਤੱਕ ਅਸੀਂ ਮੈਂ ਰਿਜ਼ਲਟ ਕੱਢਿਆ, ਸਾਰੀ ਦਿਹਾੜੀ 'ਚ ਤੁਸੀਂ ਕੀ ਜ਼ਿਆਦਾ ਖਾਂਦੇ ਹੋ? ਸਾਰੀ ਦਿਹਾੜੀ 'ਚ ਸਵੇਰੇ ਦਹੀਂ ਖਾ ਲਈਦਾ ਜੀ, ਹਾਂਜੀ, ਦੋ ਤਿੰਨ ਪ੍ਰਸ਼ਾਦੇ, ਦੋ ਦੋ, ਹਾਂਜੀ, ਮਾੜੀ ਮੋਟੀ ਦਾਲ, ਅਤੇ ਦੁਪਹਿਰੇ ਸਿਆਲ 'ਚ ਮੈਂ ਖਾਂਦਾ ਕੁਛ ਨਹੀਂ, ਠੀਕ ਹੈ, ਸ਼ਾਮ ਨੂੰ ਦੂਜੇ ਤੀਜੇ ਦਿਨ ਮੀਟ ਮੂਟ ਮਾੜਾ ਮੋਟਾ, ਬਾਕੀ ਜੋ ਦਾਲ ਸਬਜ਼ੀ ਆ, ਇਹ ਨੋਰਮਲ ਆ ਨਾ, ਨੋਰਮਲ ਆ, ਤੰਦਰੁਸਤ ਹੋ? ਬਿਲਕੁਲ ਬਿਲਕੁਲ। ਜ਼ਿਆਦਾ ਅਨਾਜ ਹੀ ਖਾਂਦੇ ਹਾਂ, ਅਨਾਜ, ਵੱਧ ਤੋਂ ਵੱਧ ਦਾਣਾ ਵਧੀਆ ਪਾਉਣਾ ਚਾਹੀਦਾ। ਪਰ ਹੁਣ ਤਾਂ ਡਾਕਟਰ ਅਨਾਜ ਬੰਦ ਕਰੀ, ਬਈ ਅਨਾਜ ਖਾਓ ਹੀ ਨਾ, ਅਨਾਜ 'ਚ ਕੁਛ ਹੈ ਨਹੀਂ। ਬਿਲਕੁਲ ਗਲਤ। ਹਾਂ, ਜਿਹੜੀ ਚੀਜ਼ ਤੁਹਾਨੂੰ ਅਨਾਜ 'ਚੋਂ ਮਿਲਣੀ ਹੈ ਸਾਰਿਆਂ ਨਾਲੋਂ ਵਧੀਆ, ਦੇਖੋ, ਜਿਹੜੀ ਤੰਦਰੁਸਤੀ ਆ ਉਹ ਤੁਹਾਨੂੰ ਕਣਕ 'ਚੋਂ ਹੀ ਮਿਲਣੀ ਹੈ। ਅੱਛਾ, ਜਿੰਨੀ ਕਬੂਤਰਾਂ ਨੂੰ ਤੁਸੀਂ ਕਣਕ ਪਾਓਗੇ, ਓਨੇ ਹੀ ਕਬੂਤਰ ਤੰਦਰੁਸਤ ਰਹਿਣਗੇ। ਹੁਣ ਅਸੀਂ ਜੇ ਫਰਜ਼ ਕਰ ਲਓ, ਨਿਗਾਹ ਮਾਰੀਏ, ਅੱਜ ਤੋਂ 10 ਸਾਲ ਮਗਰ ਚਲੇ ਜਾਈਏ, ਅਸੀਂ ਕੀ ਪਾਉਂਦੇ ਸੀ ਕਬੂਤਰਾਂ ਨੂੰ? ਨੇ ਨਾਲੇ ਕਹਿੰਦੇ ਹੁਣ ਉੱਤੇ ਖੇਡ, ਤੇ ਉਦੋਂ ਤਾਂ ਜ਼ਮੀਨ ਉਸਮਾਨ ਦਾ ਨਹੀਂ, ਅਸੀਂ ਪਾਉਂਦੇ ਕੀ ਸੀ? ਕਣਕ ਹੀ, ਚਲੋ ਕਣਕ ਪਾਉਂਦੇ ਸੀ ਨਾ, ਕਿਸੇ ਦਾ ਕਬੂਤਰ ਬਿਮਾਰ ਨਹੀਂ ਸੀ, ਪੂਰੀ ਤੰਦਰੁਸਤੀ ਸੀ। ਹੁਣ ਤੁਸੀਂ ਕਣਕ ਪਾਉਂਦੇ ਹੋ ਉਦੋਂ? ਨਹੀਂ, ਹੁਣ ਅਸੀਂ ਤਾਂ ਕਣਕ ਪਾਉਂਦੇ ਹਾਂ, ਹੁਣ ਅਸੀਂ ਹੋਰ ਅਲਸੀ ਪਾ ਦਿਓ ਜੀ, ਸਰੋਂ ਡੱਕ ਦਿਓ, ਛੋਲੇ ਡੱਕ ਦਿਓ, ਇਹਨਾਂ ਨੂੰ ਸੋਇਆਬੀਨ ਪਾ ਦਿਓ, ਆਹ ਪਾ ਦਿਓ, ਆਹ ਪਾ ਦਿਓ, ਅਸੀਂ ਕਬੂਤਰਾਂ ਨੂੰ ਆਪ ਹੀ ਬਿਮਾਰ ਕਰ ਲਏ। ਅੱਛਾ, ਇਹ ਪਾਉਣੇ ਨਹੀਂ ਚਾਹੀਦੇ? ਪਾਓ, ਬਿਲਕੁਲ ਘੱਟ ਮਾਤਰਾ 'ਚ ਪਾਓ, ਜ਼ਿਆਦਾ ਤੋਂ ਜ਼ਿਆਦਾ ਵਧੀਆ ਕਣਕ ਪਾਓ। ਅੱਛਾ, ਇਹ 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 ਹੋ ਗਿਆ, ਅਤੇ ਉਹ ਤੁਹਾਡੀ ਹਵਾ ਵਾਲੀ ਗੱਲ ਵੀ ਉਹ ਹੋ ਗਈ। ਹੋਰ ਫਿਰ ਜਦੋਂ ਹੁਣ ਮੰਨ ਲਓ ਅਡਾਈਆਂ 'ਤੇ, ਹੁਣ ਆਪਣਾ ਇਹ ਫਰਵਰੀ ਦਾ ਮਹੀਨਾ ਚੱਲ ਪਿਆ, ਅਤੇ ਹੁਣ ਜਿਹੜੇ ਕਬੂਤਰ ਆਵਾਜ਼ ਜਿਹਨਾਂ ਕੋਲ ਹੈਗੇ ਆ, ਨਵਾਂ ਯੂਥ ਆ, ਕਈ ਗੇਰਾਂ ਚਾਹ ਹੁੰਦਾ ਵੀ ਆਪਾਂ ਛੱਡੀਏ, ਉਦੋਂ ਬਾਅਦ ਗੁਰੂ ਵਾਲੀ ਲੈਣ ਤਾਂ ਬਹੁਤ ਦੇਰ ਬਾਅਦ ਆਉਂਦੀ ਆ, ਪਹਿਲਾਂ ਤਾਂ ਹੁਣ ਕੋਈ ਕਿਤੋਂ ਜਾਣਾ ਰਿਹਾ, ਉਹ ਹੁਣ ਕੀ ਕਰਨ? ਹੁਣ ਜਿਹੜੀ ਆਹ ਚੀਜ਼ ਆ ਜੀ, ਆਹ ਦੈਨ ਆਏ ਆ, ਇਹਨਾਂ ਦੇ ਵਿੱਚ ਧੁੱਪਾਂ ਲਵਾਓ, ਕਬੂਤਰਾਂ ਨੂੰ ਸਿੱਧੇ ਕਰੋ। ਅੱਛਾ, ਧੁੱਪਾਂ ਲਵਾ ਕੇ ਬਸ ਸਿੱਧੇ ਕਰੋ, ਠੀਕ ਆ। ਜਿਹੜਾ ਆਉਣ ਵਾਲਾ ਸਮਾਂ ਵਾ, ਹੁਣ ਲੋਕ ਆਪਾਂ ਬਿਮਾਰ ਆਪ ਕਰ ਰਹੇ ਨੇ ਜੀ, ਨਾ ਤਾਂ ਆਪਾਂ ਨੂੰ ਦਵਾਈ ਦੇਣ ਦਾ ਪਤਾ ਹੁੰਦਾ। ਕਾਹਦੀ ਦਵਾਈ ਦੇਣੀ ਆ? ਜਿਹੜੀ ਆਪਾਂ ਡੀਵਰਮ ਕਰਦੇ ਹਾਂ। ਅੱਛਾ, ਉਹਦੇ ਅੰਦਰੋਂ ਮੜਾ ਪੰਬੜੂਪ, ਨਾ ਤਾਂ ਆਪਾਂ ਨੂੰ ਡੀਵਰਮ ਕਰਨ ਦਾ ਪਤਾ ਕਬੂਤਰ, ਠੀਕ ਆ, ਨਾ ਆਪਾਂ ਨੂੰ ਫਰ ਪੱਟਣ ਦਾ ਪਤਾ। ਅੱਛਾ, ਠੀਕ ਆ ਨਾ, ਆਪਾਂ ਇਹ ਦੋਨੇ ਚੀਜ਼ਾਂ ਪਹਿਲਾਂ ਆਉਂਦੀਆਂ, ਦੋਨਾਂ ਦੀ ਆਪਾਂ ਉਹਨੂੰ ਬਿਮਾਰ ਕਰ ਲੈਂਦੇ ਹਾਂ। ਅੱਛਾ, ਕਿਵੇਂ ਕਰਨਾ ਚਾਹੀਦਾ? ਜਿਹੜੀ ਡੀਵਰਮ ਆ ਹਾਂਜੀ, ਸਾਡੇ ਤਾਂ ਤੁੱਕੇ ਆ ਪੰਜਾਬ 'ਚ, ਇੱਕ ਗੋਲੀ ਜਿਹੜੀ ਕੁੱਤਿਆਂ ਵਾਲੀ ਆ, ਉਹ ਆਪਾਂ 40 ਕਬੂਤਰਾਂ ਨੂੰ ਦੇ ਦਿਓ ਜੀ। ਅੱਛਾ, ਆਪਾਂ ਸਾਈਡ ਇਫੈਕਟ ਤਾਂ ਦੇਖਦੇ ਨਹੀਂ ਉਹਦਾ। ਅੱਛਾ, ਦੇਖਦੇ ਹਾਂ ਜੀ, ਨਹੀਂ ਦੇਖਦੇ ਕਿੱਥੇ ਕੁੱਤਾ ਤੇ ਕਬੂਤਰ ਰਾਓ ਨਾਲ ਰਲਦਾ,
ਖੜਦਾ ਹੀ ਨਹੀਂ ਉਹਦਾ ਵਜਨ ਉਨਾ ਵਾ ਕਿੰਨਾ ਵਾ 30-40 ਕਿਲੋ ਆ ਤੁਸੀਂ ਦੇਖੋ ਜੀ ਮੇਰੀ ਗੱਲ ਸੁਣੋ ਇਹਨੇ ਦਾਣਾ ਖਾਣਾ ਉਹਨੇ ਮੀਟ ਖਾਣਾ ਅੱਛਾ ਕੋਈ ਆਉਂਦੀ ਆ ਮੈਚਿੰਗ ਆਉਂਦੀ ਨਾ ਨਹੀਂ ਹਾਂਜੀ ਫਿਰ ਕਿਵੇਂ ਕਰਨ ਬਿਲਕੁਲ ਜਦੋਂ ਦਵਾਈ ਲਾਉਣੀ ਆ ਉਹਨੂੰ ਨਾਰਮਲ ਲਾਓ ਜਿਹੜੀ ਕਬੂਤਰ ਨੂੰ ਨੁਕਸਾਨ ਨਾ ਦੇਵੇ ਉਹ ਕਿਵੇਂ ਪਤਾ ਲੱਗੂ ਵੀ ਇਹ ਨਾਰਮਲ ਆ ਉਹ ਨਾਰਮਲ ਲਾਓ ਜਿਵੇਂ ਕਈ ਲੋਕਾਂ ਨੂੰ ਨਹੀਂ ਪਤਾ ਵੀ ਮੈਂ ਕਿੰਨੀ ਦਵਾਈ ਲਾਉਣੀ ਆ ਠੀਕ ਆ ਤੇ ਅਸੀਂ ਪੇਪਰਾਜ਼ੀਨ ਲਾਉਂਦੇ ਆ ਹਾਂਜੀ ਲੈ ਲੋਕਾਂ ਨੂੰ ਮੈਂ ਮੈਸੇਜ ਦਿੰਦਾ ਅਸੀਂ ਪੇਪਰਾਜ਼ੀਨ ਦਿੰਦੇ ਹਾਂ ਠੀਕ ਆ ਅਸੀਂ 3 ਤੋਕੇ ਇੱਕ ਕਬੂਤਰ ਨੂੰ ਦੇ ਦਿੰਦੇ ਆ 5 ml ਪਾਣੀ ਚ ਪਾ ਕੇ 5 ml ਪਾਣੀ ਚ ਪਾ ਕੇ ਪਾਣੀ ਚ ਪਾ ਕੇ ਅੱਛਾ ਜੀ ਠੀਕ ਆ ਉਹ ਡੀਵਰਮ ਹੋ ਜਾਂਦੇ ਆ ਇੱਕ ਵਾਰੀ ਦਿੰਦੇ ਆ ਇੱਕੋ ਵਾਰੀ ਉਦੋਂ ਬਾਅਦ ਅਸੀਂ ਨਹੀਂ ਦਿੰਦੇ ਜੀ ਅੱਛਾ ਜੀ ਹਾਂਜੀ ਤੇ ਉਦੋਂ ਬਾਅਦ ਆਪਾਂ ਜਿਹੜਾ ਫਿਰ ਫੰਗ ਪੱਟਣ ਵਾਲੀ ਗੱਲ ਆ ਜਿਹੜੀ ਫਰ ਪੱਟਣ ਵਾਲੀ ਗੱਲ ਆ ਦੇਖੋ ਹਾਂ ਜੀ ਲੋਕ ਮੈਂ ਮੈਸੇਜ ਦੇਣਾ ਚਾਹੁੰਦਾ ਵੀ ਲੋਕ ਜਿੰਨੇ ਫਰਾਂ ਦੀ ਆਪਾਂ ਨੂੰ ਲੋੜ ਆ ਉਨੇ ਹੀ ਪੱਟੋ ਕਿਵੇਂ ਲੋੜ ਬਈ ਜਿਹੜੀਆਂ ਬਾਹਰਲੀਆਂ 5 ਕਲੀਆਂ ਹਾਂਜੀ ਠੀਕ ਆ ਹਾਂ 5ਵੀਂ 3ਜੀ 4ਥੀ 5ਵੀਂ 6ਵੀਂ ਤੱਕ ਆਪਾਂ ਕਬੂਤਰ ਨੂੰ ਬਾਜੀ ਛੱਡਦੇ ਆ ਅੱਛਾ ਜੀ ਛੱਡਦੇ ਆ ਨਾ ਹਾਂਜੀ ਠੀਕ ਆ ਨਾ ਜਦੋਂ ਆਪਾਂ 7ਵੀਂ 8ਵੀਂ 9ਵੀਂ ਚ ਕਲੀ ਚਲੇ ਜਾਂਦਾ ਆਪਾਂ ਕਹਿੰਦੇ ਯਾਰ ਕਲੀਆਂ ਜਾ ਗਿਆ ਇਹਨੂੰ ਰਹਿਣ ਤੋਂ ਬੰਦ ਕਰ ਦੋ ਹਾਂ ਠੀਕ ਆ ਜਦੋਂ ਜਿਹੜੀਆਂ ਬਾਹਰਲੀਆਂ 5 ਕਲੀਆਂ ਹਾਂਜੀ ਉਹਨਾਂ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਜਿਹੜਾ ਉਹ ਹਵਾ ਜ਼ਿਆਦਾ ਜ਼ਰੂਰਤ ਹੁੰਦੀ ਹੈ ਹਾਂਜੀ ਵੀ ਆਹ 5 ਕਲੀਆਂ ਬਾਹਰਲੀਆਂ ਸੈੱਟ ਨਾ ਜਾਵੇ ਠੀਕ ਆ ਉਹ ਕਬੂਤਰ ਨੂੰ ਛੇੜਨ ਦੀ ਲੋੜ ਆ ਜੇ ਕਿਸੇ ਦੀਆਂ 2 ਰਹਿੰਦੀਆਂ 2 ਪੱਟੋ ਜੇ ਕਿਸੇ ਦੀਆਂ 3 ਰਹਿੰਦੀਆਂ 3 ਪੱਟ ਦੋ 4 ਰਹਿੰਦੀਆਂ 4 5 ਰਹਿੰਦੀਆਂ ਵੀ ਸਾਰਾ ਨਾ ਪੱਟੋ ਬਿਲਕੁਲ ਸੁਣੋ ਕਬੂਤਰ ਦੇ ਫਰ ਕਿੰਨੇ ਹੁੰਦੇ ਆ ਜੀ ਸਾਰੇ ਕਬੂਤਰ ਦੇ ਫਰ ਹੁੰਦੇ ਆ 54 54 54 ਫਰ ਹੁੰਦੇ ਆ 21 ਇੱਧਰਲੇ 21 ਇੱਧਰਲੇ 42 42 ਹਾਂਜੀ ਤੇ 12 ਭੂਸਦੇ 12 ਜਾਂ 14 ਵੀ ਹੋ ਜਾਂਦੇ ਆ ਉਹ ਵੱਖਰੀ ਗੱਲ ਆ ਜਿਹੜੀ ਨਾਰਮਲ ਆ ਉਹ 12 ਉਹ 12 ਵਾ ਹਾਂ ਕਬੂਤਰਿਆਂ ਦਾ 16-16 ਫਰ ਵੀ ਕੱਢ ਦਿੰਦੇ ਅੱਛਾ ਇਹ ਇਹ 21 ਪੱਕੇ ਹੀ ਹੁੰਦੇ ਆ ਜੀ 21 ਪੱਕੇ ਹੁੰਦੇ ਆ ਤੁਸੀਂ ਗਿਣ ਕੇ ਕੱਢ ਲਿਆ ਹੁਣ ਕੱਢ ਲਓ ਪਿੱਲੇ ਦੇ ਵਿੱਚੋਂ 21 ਫਰ ਨਹੀਂ ਇਹ ਵੀ ਮੈਨੂੰ ਅੱਜ ਪਹਿਲੇ ਦਿਨ ਪਤਾ ਲੱਗਿਆ ਤੇ ਬਈ 21 ਤੇ ਉਹਦੇ ਠੀਕ ਆ 54 ਫਰ ਹੁੰਦੇ ਆ ਕਬੂਤਰ ਦੇ ਸਰਪੰਚ ਸਾਹਿਬ ਚਲੋ ਵੈਸੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਤੁਸੀਂ ਇਹ ਨਾਰਮਲ ਇਹਦਾ ਪ੍ਰਧਾਨ ਜੀ ਵਜਨ ਕਿੰਨਾ ਕੁ ਹੁੰਦਾ ਵਜਨ ਤਾਂ ਜੀ ਇਹਦਾ ਪਾਈਆ ਤੋਂ ਵੀ ਮੈਂ ਕਹਿੰਦਾ ਘੱਟ ਹੀ ਹੁੰਦਾ ਜੀ ਅੱਛਾ ਮਾਂ ਦੀ ਹੁੰਦਾ ਇਹਦਾ ਵਜਨ ਵਜਨ ਤਾਂ ਜਿੰਨਾ ਹੋਊਗਾ ਪਾਈਆ ਤੋਂ ਵੱਧ ਵੀ ਜਾਂਦਾ ਜੀ ਪਾਈਆ ਤੁਸੀਂ ਅੱਡੋ ਅੱਡੀ ਵਜਨ ਆ ਜੀ ਲੈਦਾ ਲੈਦਾ ਸਰਪੰਚ ਸਾਹਿਬ ਅੱਡੋ ਅੱਡੀ ਕਬੂਤਰ ਉੱਡਣ ਵਾਲੇ ਦਾ ਕੋਈ ਤੁਸੀਂ ਐ ਦੇਖਦੇ ਹੋ ਵੀ ਇਹ ਵਜਨ ਭਾਰ ਜਿਵੇਂ ਆਪਾਂ ਸ਼ਿਕਾਰੀ ਕੁੱਤੇ ਭਾਜਦੇ ਆ ਚਾਹੇ ਬਲਦ ਭਾਜਦੇ ਆ ਘੋੜੇ ਅਗਲਾ ਕਹਿੰਦਾ ਵੀ ਥੋੜਾ ਯਾਰ ਵਜਨ ਵੱਧ ਗਿਆ ਇਹਦਾ ਕੰਟਰੋਲ ਕਰੀਏ ਵੀ ਇਹਨੂੰ ਥੋੜਾ ਜਿਹਾ ਘਟਾਈਏ ਇਹਦਾ ਫਰਕ ਹੈਗਾ ਕੋਈ ਇੱਕ ਬਿਲਕੁਲ ਅੱਛਾ ਬਿਲਕੁਲ ਹਾਂਜੀ ਕਬੂਤਰ ਨੂੰ ਜਦੋਂ ਤੁਸੀਂ ਹੱਥ 'ਚ ਲੈਂਦੇ ਹੋ ਹਾਂਜੀ ਇੱਕ ਕਬੂਤਰ ਕੱਢੀ ਯਾਰ ਮੈਂ ਤੁਹਾਨੂੰ ਅੱਛਾ ਜੀ ਬਈ ਉਹਦਾ ਜਿਹੜਾ ਖਿਡਾਰੀ ਆ ਹਾਂਜੀ ਖਿਡਾਰੀ ਕਬੂਤਰ ਨੂੰ ਕਿਵੇਂ ਤੋਲਦਾ ਜੀ ਹਾਂਜੀ ਹੱਥ ਦਾ ਕਿਹੜਾ ਹਿੱਸਾ ਦੱਸਦਾ ਅਗਰ ਆ ਕਬੂਤਰ ਫੜ ਕੇ ਹਾਂ ਐ ਕਬੂਤਰ ਫੜਦਾ ਵਾ ਬੜਾ ਵਧੀਆ ਬਣ ਗਿਆ ਬਈ ਹਾਂ ਆ ਆ ਆ ਇਹਦਾ ਉਹ ਥਲੜੇ ਦੇਖ ਲੈਂਦੇ ਵੀ ਇਹਦੇ ਉੱਤੋਂ ਦੀ ਮਾਸ ਲਾਲ ਆ ਐ ਦੇਖਦੇ ਆ ਜਿਹੜਾ ਆ ਮੈਂ ਕਬੂਤਰ ਫੜ ਲਿਆ ਅੱਛਾ ਜੀ ਹੱਥ 'ਚ ਅੱਛਾ ਮੈਨੂੰ ਸਾਰੇ ਹੱਥ ਨੇ ਤਾਂ ਦੱਸਣਾ ਨਹੀਂ ਵੀ ਮੇਰਾ ਕਬੂਤਰ ਬਣ ਗਿਆ ਅੱਛਾ ਕਿਹੜੀ ਸਾਈਡ ਨੇ ਦੱਸਿਆ ਮੈਨੂੰ ਆ ਸਾਈਡ ਨੇ ਇਹਦਾ ਕੀ ਦੇ ਆ ਜਿਹੜਾ ਇਹਦਾ ਥਲੜਾ ਹਿੱਸਾ ਵਾ ਇਹ ਪੇਟੀ ਤੇ ਲੱਗ ਗਿਆ ਹਾਂ ਮੇਰੇ ਦਿਮਾਗ ਨੇ ਜੱਜਮੈਂਟ ਕਰਨੀ ਆ ਵੀ ਇਹ ਕਿੰਨਾ ਬਣ ਗਿਆ ਯਾਨੀ ਦਿਮਾਗ ਜ਼ਰੂਰਤ ਆ ਅੱਛਾ ਇਹ ਇਹਦੇ ਇਹਦਾ ਕੀ ਪਰਖਦੇ ਆ ਬਈ ਆਹ ਜਦੋਂ ਤੁਸੀਂ ਇਹ ਇਹਦਾ ਬਣਨੇ ਕਿਵੇਂ ਮੰਨੀਏ ਇਹਦਾ ਜਦੋਂ ਬਣ ਗਿਆ ਜੀ ਕਬੂਤਰ ਤੁਹਾਨੂੰ ਪਤਾ ਲੱਗੂਗਾ ਆਹ ਚੀਜ਼ ਤੋਂ ਇਹਦੇ ਉੱਪਰ ਮਾਸ ਆ ਦੀ ਮਾਸ ਐ ਫਿਰਿਆ ਹੋਊਗਾ ਅੱਛਾ ਦੇਖੋ ਆ ਕਬੂਤਰ ਹੁਣ ਉੱਤੋਂ ਦੀ ਮਾਸ ਫਿਰਿਆ ਪਿਆ ਹਾਂਜੀ ਅਗਲਾ ਕਹਿੰਦਾ ਮੇਰਾ ਤਾਂ ਕਬੂਤਰ ਬਣਿਆ ਪਿਆ ਮੈਂ ਤਾਂ ਬਾਜੀ ਛੱਡੂ ਅੱਛਾ ਜੇ ਹੁਣ ਇਹ ਵਿਚਾਰਾ ਬਹਿੰਦਾ ਹੀ ਨਹੀਂ ਤੰਦਰੁਸਤ ਫਿਰ ਇਹਨੇ ਬਾਜੀ ਕੀ ਜਿੱਤਣੀ ਆ ਤੰਦਰੁਸਤ ਇਹ ਜਾਣੀ ਇੱਥੋਂ ਇਹਦਾ ਹੈਗਾ ਬਹੁਤ ਜ਼ਰੂਰੀ ਆ ਜੀ ਤੁਹਾਨੂੰ ਮੈਂ ਦੱਸਿਆ ਵੀ ਇੱਕ ਧਾਗੇ ਵਾਲੀ ਗੱਲ ਅੱਛਾ ਜਿਹੜੀਆਂ ਬਰੀਕ ਬਰੀਕ ਗੱਲਾਂ ਵਾ ਕਬੂਤਰਬਾਜ਼ੀ ਲੈਣ ਦੇ ਵਿੱਚ ਛੋਟੀ ਛੋਟੀਆਂ ਕੋਈ ਬਾਹਲੀ ਵੱਡਾ ਰਜਬਰਾ ਨਹੀਂ ਹੈ ਛੋਟੀ ਛੋਟੀਆਂ ਗੱਲਾਂ ਉੱਥੇ ਹੀ ਅਸੀਂ ਗਲਤੀਆਂ ਕਰ ਲੈਂਦੇ ਹਾਂ ਅੱਛਾ ਇਹ ਕਬੂਤਰ ਆਪਣੇ ਜਿਹੜਾ ਤੁਸੀਂ ਤਿਆਰ ਕਰਦੇ ਹੋ ਇਹਦੇ ਬਦਾਮ ਕਿੰਨੇ ਖਾਣੇ ਜਾਂ ਜਿਹੜੀ ਵੀ ਉਹਨੂੰ ਖੁਰਾਕ ਆ ਜਿਹੜੀ ਇੱਕ ਕਬੂਤਰ ਦੀ ਖੁਰਾਕ ਆ ਅਸੀਂ ਪਾਉਂਦੇ ਹਾਂ ਜੀ ਲੋਕ ਤਾਂ ਪਾਈ ਜਾਂਦੇ ਆ ਜਿੰਨੇ ਮਰਜ਼ੀ ਅੱਛਾ ਜੀ ਪਰ ਅਸੀਂ 5 ਬਦਾਮਾਂ ਤੋਂ ਵੱਧ ਨਹੀਂ ਪਾਉਂਦੇ ਜੀ ਕਿੰਨੇ
ਪੰਜ ਬਦਾਮਾਂ ਤੋਂ ਵੱਧ ਨਹੀਂ ਪਾਉਂਦੇ ਰੋਜ਼ ਦੇ ਪੰਜ ਰੋਜ਼ ਦੇ ਇੱਕ ਕਬੂਤਰ ਨੂੰ ਪੰਜ ਬਦਾਮ ਬਾਬਾ ਜੀ ਸਹੀ ਗੱਲ ਹਾਂਜੀ 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 ਪਾਉਣ ਨੂੰ ਤੁਹਾਨੂੰ 20 ਪਾ ਦਿਓ ਜੀ 20 ਵੀ ਖਾ ਜਾਂਦਾ ਅਸੀਂ ਤਾਂ 20 ਵੀ ਖਵਾਏ ਹੋਏ ਆ ਜੀ ਪਰ ਜਦੋਂ ਇਹਨਾਂ ਤੋਂ ਖੇਡ ਲਈ ਆਪਾਂ ਉਦੋਂ ਬਾਅਦ ਆਪਾਂ ਪੰਜਾਂ ਤੋਂ ਸੇ ਕੀਤੇ ਨੇ ਜੀ ਜਿਵੇਂ ਆਪਾਂ ਖੇਤੀਬਾੜੀ ਨੂੰ ਕਹਿ ਦਈਏ ਕਈ ਪਹਿਲਾਂ ਜੀ ਉਹ ਕਰੀ ਜਾਂਦੇ ਪੰਜ ਥੈਲੇ ਯੂਰੀਆ ਦੇ ਪਾਗਲੋ ਕਹਿੰਦੇ ਵੀ 2 ਹੀ ਪਾ ਲਓ 2.5 ਪਾ ਲਓ ਬਸ ਉਵੇਂ ਆ ਅੱਛਾ ਇਹਦਾ ਕੀ ਫਰਕ ਆ ਜੀ ਸੁਣੋ ਜੀ ਕਬੂਤਰ ਨੂੰ ਤੁਸੀਂ ਸਾਰਾ ਦਿਨ ਰੋਟੀ ਖਾਂਦੇ ਹੋ ਬਸ ਜ਼ਿਆਦਾ ਹਾਂਜੀ ਕਬੂਤਰ ਨੂੰ ਜ਼ਿਆਦਾਤਰ ਕਣਕ ਜ਼ਰੂਰੀ ਜ਼ਿਆਦਾਤਰ ਕਬੂਤਰ ਨੂੰ ਕਣਕ ਜ਼ਰੂਰੀ ਆ ਠੀਕ ਆ ਪੰਜ ਬਦਾਮ ਕਬੂਤਰ ਲਈ ਬਹੁਤ ਹੁੰਦੇ ਆ ਅੱਛਾ ਇਹ ਤੁਸੀਂ ਪੰਜ ਬਦਾਮ ਛੱਡ ਕੇ ਵਾਲੇ ਜਿੱਤੇ ਹੋ ਅਸੀਂ ਪਾਉਣੇ ਹੀ ਪੰਜ ਬਦਾਮ ਆ ਜੀ ਅੱਛਾ ਅਸੀਂ ਨਹੀਂ ਵੱਧ ਪਾਉਂਦੇ ਬਦਾਮ ਕਬੂਤਰ ਫਿਰ ਹੋਰ ਕੋਈ ਉਹ ਤਾਕਤਵਰ ਚੀਜ਼ ਨਾ ਕੋਈ ਨਹੀਂ ਨੋਰਮਲ ਚੀਜ਼ਾਂ ਜਦੋਂ ਹੁਣ ਤੁਸੀਂ ਜਿਹੜੇ ਕਬੂਤਰ ਬਾਜੀ ਛੱਡਣੇ ਆ ਪੰਜ ਬਦਾਮ ਤੇ ਕੱਲੀ ਕਣਕ ਕੱਲੀ ਕਣਕ ਉਹ ਹੁਣ ਸਰੋਂ ਵਗੈਰਾ ਜੋ ਲੱਲਾ ਬੰਦ ਕਰਤਾ ਨਾ ਸਭ ਕੁਝ ਬੰਦ ਕਰ ਸਭ ਕੁਝ ਬੰਦ ਆ ਪਹਿਲਾਂ ਤਿਆਰ ਕਰ ਲਏ ਉਹਨੂੰ ਤਾਕਤ ਦਿੱਤੀ ਪਹਿਲਾਂ ਤਾਂ ਦੇਣੀ ਹੈ ਜੀ ਪਹਿਲਾਂ ਤਾਕਤ ਦਿੱਤੀ ਹੋਈ ਅੱਛਾ ਜੀ ਇਹ ਕਿੰਨੇ ਪੰਜ ਕਿੰਨੇ ਕੁ ਵਜਨ ਦਾ ਕਹਿੰਦੇ ਹੋ ਵੀ ਬਦਾਮ ਖਾ ਕੇ ਉਹਨਾਂ ਤਿਆਰ ਹੋ ਜਾਵੇ ਉਹ ਤਾਂ ਵਜਨ ਆਪ ਕਬੂਤਰ ਨੇ ਬਣਾਉਣਾ ਹੁੰਦਾ ਜੀ ਨਹੀਂ ਵੀ ਆਪਾਂ ਕਿੰਨਾ ਕੁ ਬਦਾਮ ਖਾ ਲੈਣ ਬਈ ਅਗਲਾ ਕਹਿੰਦਾ ਕਿਉਂ ਤਾਂ ਹੁਣ ਬਲੱਡ ਲੈਣਾ ਜੀ ਕਬੂਤਰਾਂ ਦੀਆਂ ਜਿਹੜੀਆਂ ਵਜਨ ਵਧਾ ਵੀ ਦਿੰਦੀਆਂ ਘਟਾ ਵੀ ਜਿਹੜੇ ਸਾਡੇ ਆਹ ਕਬੂਤਰ ਚੀਨੇ ਆ ਹਾਂਜੀ ਇਹ ਹਲਕੇ ਵਾਲੇ ਆ ਅੱਛਾ ਜਿਹੜੇ ਆ ਧੰਨੇ ਵਾਲੇ ਕਬੂਤਰ ਆ ਇਹ ਭਾਰੇ ਆ ਇਹਨਾਂ ਦੇ ਬੈੱਡ ਵੱਡੇ ਆ ਬੈੱਡ ਵੱਡੇ ਆ ਹਾਂ ਅੱਛਾ ਇਹ ਜਾਨੀ ਤੁਸੀਂ ਪੰਜ ਬਦਾਮ ਆਪਾਂ ਮੈਂ ਜਿਹੜਾ ਪਾਈਆ ਖਾ ਜੀ ਜਿਹੜੀ ਨਾਰਮਲ ਖੁਰਾਕ ਆ ਪੰਜ ਬਦਾਮ ਆ ਦਿੰਦੀ ਅੱਛਾ ਹੁਣ ਪਾਉਣ ਨੂੰ ਇੱਥੇ ਕੋਈ ਕਹਿ ਦਿੰਦਾ ਮੈਂ 20 ਪਾਉਣਾ ਕੋਈ ਕਹਿੰਦਾ 15 ਪਾਉਣਾ ਕੋਈ ਕਹਿੰਦਾ ਜਾਨੀ ਕਬੂਤਰ ਨੂੰ ਜ਼ਿਆਦਾਤਰ ਕਣਕ ਜ਼ਰੂਰੀ ਅੱਛਾ ਇਹ ਇਹ ਪਾਈਆ ਬਦਾਮ ਅੱਧਾ ਕਿਲੋ ਕਿੰਨੇ ਖਾ ਕੇ ਬਈ ਤੁਹਾਨੂੰ ਤਿਆਰ ਹੋ ਜਾਵੇ ਦੇਖੋ ਮੇਰੀ ਗੱਲ ਸੁਣੋ ਕਬੂਤਰ ਇਹ ਨਹੀਂ ਹੈਗਾ ਬਈ ਪਾਈਆ ਬਦਾਮ ਖਾ ਕੇ ਤਿਆਰ ਹੋ ਗਿਆ ਜਾਂ ਅੱਧਾ ਕਿਲੋ ਕਿਲੋ ਬਦਾਮ ਠੀਕ ਆ ਜਦੋਂ ਕਬੂਤਰ ਤੁਹਾਡਾ ਬਹਾਰਾਂ ਤੇ ਆ ਕੀ ਆ ਬਹਾਰਾਂ ਤੇ ਪੂਰਾ ਐਨ ਹਾਂ ਮਸਤੀ ਕਰ ਰਿਹਾ ਮਸਤੀ ਚ ਬਹਾਰਾਂ ਤੇ ਆ ਤੁਸੀਂ ਕਬੂਤਰ ਨੂੰ ਉਹਨੂੰ ਬਾਜੀ ਛੱਡ ਉਹਨੂੰ ਛੱਡ ਚਾਹੇ ਉਹਨੇ 100 ਗ੍ਰਾਮ ਖਾਧੇ ਆ ਚਾਹੇ ਚਾਹੇ 100 ਚਾਹੇ ਉਹਦੇ 20 ਗ੍ਰਾਮ ਖਾਧੇ ਆ ਚਾਹੇ ਉਹਨੇ ਅੱਧਾ ਕਿਲੋ ਖਾ ਲਏ ਅੱਛਾ ਜੀ ਜਦੋਂ ਬਹਾਰਾਂ ਤੇ ਆ ਉਹਨੂੰ ਬਾਜੀ ਛੱਡ ਅੱਛਾ ਕਿੰਨੇ ਦਿਨ ਉਹਦੀ ਅਡਾਈ ਉਹਨੂੰ ਫਿਟਨੈਸ ਕਿੰਨੇ ਕੁ ਦਿਨ ਉਹਦੇ ਹੋ ਜਾਵੇ ਅਸੀਂ ਤਾਂ ਜੀ ਹਿਸਾਬ ਲਾ ਲਓ ਬਈ 24-25 ਦਿਨ ਤੇ ਕਬੂਤਰ ਬਾਜੀ ਛੱਡ ਦਿੰਦੇ ਹਾਂ ਬਾਜੀ ਛੱਡ ਦਿੰਦੇ ਹੋ ਠੀਕ ਆ ਜੀ 23-24 ਦਿਨ ਤੇ ਬਾਜੀ ਛੱਡ ਅਡਾਈ ਕਿਵੇਂ ਦਿਨ ਕਰਾਉਂਦੇ ਆ ਜਦੋਂ ਅਡਾਈ ਬਾਰੀ ਤੋਂ ਬਾਰੀ ਇੱਕ ਦਿਨ ਵਿੱਚ ਹਾਂਜੀ ਪਾਣੀ ਸਵੇਰੇ ਕਿੰਨਾ ਦਿੰਦੇ ਆ ਫਿਰ ਪਾਣੀ 20 ml ਉਹ ਜਿਹੜੀ ਨਲਕੀ ਆ ਹਾਂਜੀ 20 ml ਅੱਛਾ ਰਾਤ ਨੂੰ ਵੀ ਕੁਛ ਦਿੰਦੇ ਹੋ ਨਾ ਜੀ ਨਹੀਂ ਰਾਤ ਨੂੰ ਬੰਦੇ ਕਰਦੇ ਵੀ ਮਾੜਾ ਮੋਟਾ ਪਾਣੀ ਪੂਣੀ ਹਜਮ ਕਰ ਲੋਕ ਦਿੰਦੇ ਆ ਜੀ ਅੱਛਾ ਪਰ ਅਸੀਂ ਨਹੀਂ ਉਹ ਨਹੀਂ ਕਿਉਂਕਿ ਇਹ ਗੱਲਾਂ ਸਰਪੰਚ ਸਾਹਿਬ ਆਏ ਆ ਤੁਸੀਂ ਬ੍ਰਾਂਡ ਜੇ ਕੋਈ ਲੋਕਾਂ ਨੇ ਸਿੱਖਿਆ ਨਾ ਤੁਹਾਡੀਆਂ ਬਾਜੀਆਂ ਜਿੱਤੀਆਂ ਹੋਈਆਂ ਸਭ ਕੁਝ ਦੇਖ ਲਿਆ ਮੈਂ ਇਸੇ ਕਰਕੇ ਇੰਟਰਵਿਊ ਚ ਦੱਸ ਰਿਹਾ ਜੀ ਲੋਕ ਕਈ ਰਕੋ ਰੱਖਦੇ ਆ ਵੀ ਜਿਹੜੇ ਨਵੇਂ ਮੁੰਡੇ ਆ ਹੋਣ ਉਹ ਬਈ ਅਣਲਖਾਣੇ ਹੋਣ ਉਹ ਥੋੜਾ ਜਿਹਾ ਉਹ ਕਰਨਾ ਹਾਂ ਇਸੇ ਕਰਕੇ ਮੈਂ ਇੰਟਰਵਿਊ ਦੇ ਰਿਹਾ ਬਈ ਜਿਹੜੇ ਨਵੇਂ ਮੁੰਡੇ ਆਉਣ ਵਾਲੇ ਆ ਉਹ ਕੰਮ ਗਲਤ ਨਾ ਕਰਨਾ ਉਹ ਜਿਵੇਂ ਸਿਆਣੇ ਹੋਣ ਹੈ ਨਾ ਕੋਈ ਗੱਲ ਸੋਚ ਕੇ ਉਹਨਾਂ ਦੇ ਕੋਈ ਦਿਮਾਗ ਦੇ ਵਿੱਚ ਗੱਲ ਪਵੇ ਅੱਛਾ ਜੀ ਕੀ ਪਤਾ ਸਾਡੀ ਇੰਟਰਵਿਊ ਦੇਖ ਕੇ ਕਿੰਨਿਆਂ ਦਾ ਭਲਾ ਹੋ ਜੀ ਨਹੀਂ ਹੋਣਾ ਇਹ ਹੋ ਹੈ ਕਿ ਨਹੀਂ ਇਹ ਇਹੀ ਜਿਹੜਾ ਆਪਣਾ ਚੈਨਲ ਆ ਹਾਂਜੀ ਉਹ ਬੜੇ ਬੰਦੇ ਕਹਿੰਦੇ ਆ ਵੀ ਵਿੱਕੀ ਸਾਡੀ ਆ ਕੇ ਕਰੋ ਤੁਸੀਂ ਸਾਡੀ ਹੁਣ ਇੱਕ ਪਾਸੇ ਤਾਂ ਸੋਨੀ ਜੀ ਦੀ ਕੜੀ ਇੱਕ ਪਾਸੇ ਕੋਈ ਕੱਲ ਖਿਡਾਰੀ ਬਣਿਆ ਉਹਦੀ ਵੀ ਅਸੀਂ ਕਰ ਦਈਏ ਉਹ ਤਾਂ ਦੇਖੋ ਫਿਰ ਚਾਹੇ ਉਹ ਚੈਨਲ ਦੀ ਗੱਲ ਆ ਵੀ ਉਹ ਪੈਸੇ ਲੈ ਲਈਏ ਜੀ ਉਹਨੂੰ ਕਰ ਦਈਏ ਜਾਂ ਹੋਰ ਆ ਉਹ ਬ੍ਰਾਂਡ ਦੀ ਗੱਲ ਚੱਲ ਰਹੀ ਇਹ ਚੀਜ਼ਾਂ ਦਾ ਫਰਕ ਪੈਂਦਾ ਜੀ ਬਹੁਤ ਫਰਕ ਪੈਂਦਾ ਹੁਣ ਅਸੀਂ ਤਾਂ ਹਿਸਾਬ ਲਾ ਲਓ ਵੀ ਬਚਪਨ ਤੋਂ ਲੈ ਕੇ ਹੁਣ ਤੱਕ ਜ਼ਿੰਦਗੀ ਕਬੂਤਰ ਬਾਜਾਂ 'ਚ ਹੀ ਕੱਢਤੀ ਕਿਵੇਂ ਨਿਕਲ ਗਈ ਦਾੜੀ ਚਿੱਟੀ ਹੋ ਗਈ ਜੀ